की नाम है पैसे और केड़े जल्दी मंडी ना ओगरा खाना हरबंस कर चढ़क तमाल आया गया सूरज के शाम हो गया की को बस जिन्ना चर साडा ये फसलां मंडियां च सही भाते रेट ते चक्कियां नहीं जांदियां उन्ना चर साडा धरना जारी रहूगा भावे दो दिन लगा भावे हुणे दस दिन लगा रहे मेन मंगा भी एक तो साडियां इन्हां ने 17 मंगा जदों असीं खेती कानून रद्द करवाए सी 17 मंगा मन्नियां सी उन्हां च इन्हां ने साडी एक मंग भी नहीं पूरी कीती ते हुण जिहड़ी साडी फसल है उहनूं किसानां दी फसल नूं मंडियां च रोलिया जा रिहा उन्हां नूं सही भाव नहीं दे रिहा दे रहे यही कारण है कि सानू सही भा दे सू जो भी इन्हों का खर्चा पट्ठा बनता सारा सानू सही तरीके दे डबल जो टीओ की नीति चो बाहर आ जाने महिलावां वालों भी काफी ज्यादा धरने प्रदर्शन किया जा रहा है घरेलू असर फर्क पैंदा बहुत फर्क पैंदा साडियां जिहड़ियां महिलावां है वह बहुत जथेबंद है जथेबंदी नाल रलियां भी हैं उन्होंने बहुत सोझी है क्योंकि हुण जिहड़े किसान है साडे वह खेतों के कोई मंडियां के बैठा है 15-15 दिन हो गए उन्होंने मंडियां च बैठिया फिर महिलावां ही आना पैंदा वे इन्हां जत्थियां धरनां दे विच ते फिर वो बड़े सरगर्मी नाल आउंदियां धरने दे विच बैठे हो घरे कोई जिहड़ा हैगा बच्चे भी जीव घरे छड्डे हैगे कि महिलावां धरने दे विच आउंदी हैगी कि सरकार नाल इस तरह दी गल कोई साडी सरकार गल सुनने नूं तैयार ही नहीं साडी गलबात उन्हां नाल की होणी बच्चे साडे घरे छोटे छोटे हैगे आ स्कूल जांदे आ असीं कल्ले हैगे आ ते उन्हां नूं रोटी पानी पका के खवा के ते धरने ते आके बैठ जांदे लगता बहुत बुरी हालत है लोगों की घर भी बच्चे भी रुलते हैं असीं भी परेशान है महिलावां भी परेशान है ਸਾਡੇ ਕਿਸਾਨ ਵੀ ਫਿਰ ਪਰੇਸ਼ਾਨ ਹੈ ਤੇ ਸਾਡੀਆਂ ਜਿਹੜੀਆਂ ਫਸਲਾਂ ਉਹ ਵੀ ਇਦੋਂ ਡੂੜ ਹੋ ਰਹੀਆਂ ਅਗਲੀ ਰਣਨੀਤੀ ਕੀ ਹੈ ਕਿੱਦਾਂ ਅਗਲੀ ਰਣਨੀਤੀ ਰਹੂਗੀ ਅਗਲੀ ਰਣਨੀਤੀ ਬਸ ਇਹੀ ਹੈ ਅਸੀਂ ਐਵੇਂ ਹੀ ਆਪਣੀ ਲੜਾਈ ਲੜਦੇ ਰਵਾਂਗੇ ਜਿੰਨਾ ਚਿਰ ਸਾਡੇ ਹੱਕ ਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇਹ ਧਰਨੇ ਨਹੀਂ ਚੁੱਕਾਂਗੇ ਅਸੀਂ ਆਪਣੀ ਲੜਾਈ ਐਵੇਂ ਲੜਦੇ ਰਵਾਂਗੇ ਭਾਵੇਂ ਸਾਨੂੰ ਕਿੰਨਾ ਚਿਰ ਵੀ ਸਾਡੀ ਲੜਾਈ ਲੜਨੀ ਜਾਵੇ ਪਰ ਅਸੀਂ ਲੜਾਂਗੇ ਜ਼ਰੂਰ ਕੀ ਨਾਮ ਹੈ ਤੁਹਾਡਾ ਜੀ ਗਰਮੀਤ ਸਿੰਘ ਜੀ ਜ਼ਿਲ੍ਹਾ ਜਨਰਲ ਸੈਕਟਰੀ ਗਰਮੀਤ ਜੀ ਧਰਨਾ ਲਾਇਆ ਗਿਆ ਐਮਐਲਏ ਦੇ ਬਾਰ ਮੁਰੇ प्रबंध नहीं हुंदा जिन्ना चिर खरीद सही ढंग दे नाल चालू नहीं हुंदी ते डीएपी दा कोई प्रबंध नहीं हुंदा उन्ना चिर ये धरने जिहड़े मोगे जिले च चार जगह है इसे तरह चलते रहणगे जी मंगा की ने ਮੰਗਾਂ ਤਾਂ ਜੀ ਤੁਹਾਨੂੰ ਪਤਾ ਹੀ ਆ ਇੱਕ ਤਾਂ ਝੋਨੇ ਦੀ ਖਰੀਦ ਨਹੀਂ ਹੋ ਰਹੀ ਜਾਂ ਲੁੱਟਿਆ ਜਾ ਰਿਹਾ 1800 ਨੂੰ 1900 ਨੂੰ ਝੋਨਾ ਜੇ ਕੋਈ ਪ੍ਰਾਈਵੇਟ ਪਲੇਅਰ ਲੈਂਦਾ ਉਹ 500-600 ਰੁਪਈਆ ਕੱਟ ਲਾ ਕੇ ਲੈਂਦਾ ਬਹੁਤ ਵੱਡੀ ਆ ਕਿਸਾਨਾਂ ਦੀ ਲੁੱਟ ਤੇ ਦੂਜਾ ਇਹ ਹੈ ਕਿ ਸਰਕਾਰੀ ਰੇਟ ਤੇ ਵਿਕੇ ਤੇ ਲਿਫਟਿੰਗ ਦਾ ਪ੍ਰਬੰਧ ਹੋਵੇ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਦਾ ਇਹਦੇ 'ਚ ਹੀ ਭਲਾ ਇਹ ਸਾਰੇ ਹੀ ਸਣੇ ਸ਼ੈਲਰਾਂ ਵਾਲੇ ਕੁੱਲ ਪੀੜਤ ਹੈ ਇਸ ਗੱਲ ਤੋਂ ਪਰ ਪੰਜਾਬ ਦੀ ਸਰਕਾਰ ਨੇ ਕੁਛ ਵੀ ਨਹੀਂ ਕੀਤਾ ਅੱਜ ਤੱਕ ਬਿਆਨ ਵੀ ਨਹੀਂ ਦਿੱਤਾ ਕਿ ਸਾਡੇ ਸ਼ੈਲਰਾਂ ਦੇ ਵਿੱਚ ਝੋਨਾ ਉਸੇ ਤਰ੍ਹਾਂ ਪਿਆ ਚੌਲ ਉਸੇ ਤਰ੍ਹਾਂ ਪਿਆ ਮਿਲਿੰਗ ਨਹੀਂ ਹੋਈ ਕਦੇ ਇਹਨਾਂ ਨੇ ਬਿਆਨ ਵੀ ਨਹੀਂ ਦਿੱਤਾ ਇਹ ਭਾਜਪਾ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹ ਰਲੀਆਂ ਹੋਈਆਂ ਦੋਨੋਂ ਸਰਕਾਰਾਂ ਦਾ ਇੱਕੋ ਹੀ ਖਾਸਾ ਜੀ ਪੰਜਾਬ ਸਰਕਾਰ ਨੇ ਪਿਛਲੇ ਦਿਨ ਬਿਆਨ ਦਿੱਤਾ ਸੀ ਕਿ ਕਿਸਾਨਾਂ ਦਾ ਜਿਹੜਾ ਕੱਲਾ ਕੱਲਾ ਦਾਣਾ ਜਿਹੜਾ ਚੱਕਾਂਗੇ ਕਿਸਾਨਾਂ ਨੂੰ ਰੋਹ ਨਹੀਂ ਦਿੱਤਾ ਜਾਊਗਾ ਧਰਨੇ ਲਾਉਣ ਲਈ ਮਜਬੂਰ ਨਹੀਂ ਕੀਤਾ ਜਾਊਗਾ ਹਾਂਜੀ ਕਿਹਾ ਸੀ ਇੱਕ ਇੱਕ ਦਾਣਾ ਕਿਹਾ ਸੀ ਉਹਨਾਂ ਨੇ ਇੱਕ ਇੱਕ ਦਾਣਾ ਚੱਕਾਂਗੇ ਉਹ ਇੱਕ ਇੱਕ ਚੱਕ ਲੈਣਗੇ ਪਰ ਝੋਨਾ ਨਹੀਂ ਖਰੀਦਦੇ ਝੋਨਾ ਸਾਨੂੰ ਪਤਾ ਸੀ ਪਹਿਲਾਂ ਵੀ ਪਤਾ ਸੀ ਝੋਨਾ ਫਸੂਗਾ ਇਸ ਸੰਘਰਸ਼ ਕਦੋਂ ਤੱਕ ਚੱਲੇਗਾ ਤੁਹਾਡਾ ਹਾਂਜੀ ਸੰਘਰਸ਼ ਕਦੋਂ ਤੱਕ ਚੱਲੇਗਾ ਇਸੇ ਤਰ੍ਹਾਂ ਚੱਲੂਗਾ ਲਗਾਤਾਰ ਚੱਲੂਗਾ ਜੀ ਜਿੰਨੀ ਦੇਰ ਕਿਸਾਨਾਂ ਦਾ ਦਾਣਾ ਦਾਣਾ ਝੋਨੇ ਦਾ ਚੱਕ ਨਹੀਂ ਹੁੰਦਾ ਅਤੇ ਡੀਏਪੀ ਦਾ ਪ੍ਰਬੰਧ ਨਹੀਂ ਹੁੰਦਾ ਲਿਫਟਿੰਗ ਦਾ ਪ੍ਰਬੰਧ ਨਹੀਂ ਹੁੰਦਾ ਇਹ ਤਿੰਨ ਮੇਨ ਮੰਗਾਂ ਸਾਡੀਆਂ ਇਹਨਾਂ ਨੂੰ ਲੈ ਕੇ ਧਰਨੇ ਲੱਗੇ ਆ ਇਹ ਵਧਣਗੇ ਘਟਣਗੇ ਨਹੀਂ ਕਿਉਂਕਿ ਜਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗਦਾ ਉਸੇ ਤਰ੍ਹਾਂ ਗਿਣਤੀ 'ਚ ਵਾਧਾ ਹੁੰਦਾ ਹਰ ਰੋਜ਼ 5-10 ਦੀ ਗਿਣਤੀ 'ਚ ਵਾਧਾ ਹੁੰਦਾ ਇਹ ਲਗਾਤਾਰ ਇਸੇ ਤਰ੍ਹਾਂ ਧਰਨੇ ਚੱਲਣਗੇ ਧਰਨਾ ਦਿਨ ਰਾਤ ਚੱਲੂਗਾ ਹਾਂਜੀ ਦਿਨ ਰਾਤ ਦਿਨ ਰਾਤ ਜੀ ਦਿਨ ਰਾਤ